ਹਾਂਜੀ ਚਤਾਲ ਸਾਹਿਬ ਜਿਹੜਾ ਆ ਮੁਸਲਮਾਨ ਭਰਾਵਾਂ ਦਾ ਏਡਾ ਵੱਡਾ ਕਾਫਲਾ ਆ ਪੁੱਜਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੇ ਇਹ ਕਿਹੜੇ ਜ਼ਿਲ੍ਹੇ ਚੋਂ ਆਇਆ ਆ ਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਜੀ? ਇਹ ਗੁੱਜਰ ਪਰਿਵਾਰ ਆ ਤੇ ਇਹ ਉਹ ਪਰਿਵਾਰ ਆ ਜਿਹੜਾ ਆਪਣਾ ਮਾਲ ਡੰਗਰ ਪਾਲ ਕੇ ਖੇਤਾਂ ਚੋਂ ਕਿਸਾਨਾਂ ਤੋਂ ਪਰਾਲੀ ਪਰੂਲੀ ਇਕੱਠੀ ਕਰਕੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਆਪਣੇ ਪੱਠਾ ਤੱਥਾ ਇਕੱਠਾ ਕਰਕੇ ਤੇ ਦੁੱਧ ਵੇਚਦੇ ਆ। ਇਹਨਾਂ ਦਾ ਬਹੁਤ ਵੱਡਾ ਯੋਗਦਾਨ ਗੁੱਜਰ ਬਰਾਦਰੀ ਦਾ ਪੰਜਾਬ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਅੱਜ ਦਿੱਲੀ ਮੋਰਚੇ ਦੀ ਸਟੇਜ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਆ, ਉੱਥੇ ਪਹੁੰਚਿਆ ਤੇ ਹੁਸ਼ਿਆਰਪੁਰ ਦੇ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਆਪਣੀਆਂ ਕਮੇਟੀਆਂ ਬਣਾਈਆਂ। ਚੱਬਿਆਂ ਦੇ ਲਾਗੇ ਪਾਸੇ, ਹੁਸ਼ਿਆਰਪੁਰ ਦੇ ਲਾਗੇ ਪਾਸੇ ਕਮੇਟੀਆਂ ਵਾ ਤੇ ਉੱਥੋਂ ਇਹ ਵੱਡੀ ਗਿਣਤੀ ਦੇ ਵਿੱਚ ਅੱਜ ਦਿੱਲੀ ਮੋਰਚੇ ਦੀ ਸਟੇਜ ਦੇ ਉੱਤੇ ਪਹੁੰਚਿਆ। ਇਹਨਾਂ ਨੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਿਆ ਵੀ ਜੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤੇ ਜਿੱਥੇ ਕਿਸਾਨਾਂ ਦੀਆਂ ਜ਼ਮੀਨਾਂ ਜਾਣੀਆਂ, ਜਿੱਥੇ ਦੁਕਾਨਾਂ ਬੰਦ ਹੋਣੀਆਂ, ਸਾਰਾ ਕੁਝ ਹੋਣਾ, ਉੱਥੇ ਸਾਡੇ ਕਾਰੋਬਾਰ ਵੀ ਠੱਪ ਹੋ ਜਾਣੇ ਆ। ਤੇ ਜਦੋਂ 5-5 ਹਜ਼ਾਰ ਕਿੱਲੇ ਦਾ ਫਾਰਮ ਬਣਿਆ ਤੇ ਅਡਾਨੀਆਂ ਬਾਨੀਆਂ ਨੇ ਸਾਨੂੰ ਪਰਾਲੀ ਕਿੱਥੋਂ ਕੱਢਣ ਦੇਣੀ ਆ, ਪੱਠੇ ਕਿੱਥੋਂ ਚਾਰਨ ਦੇਣੇ ਆ, ਜਾਂ ਮਟਰ ਤੋੜ ਲੈਂਦਾ ਕਿਸਾਨ ਤੇ ਉਹ ਕਹਿੰਦਾ ਵੀ ਵੱਲਾਂ ਲੈ ਜਾਓ ਵੀ ਆਪਣੇ ਡੰਗਰਾਂ ਡੁੰਗਰਾਂ ਨੂੰ ਪਾ ਲਓ, ਇਹ ਸਾਰਾ ਕਿੱਥੋਂ ਹੋਣਾ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਗੁੱਦਰ ਬਰਾਦਰੀ ਆ ਜਿਹੜਾ ਭਾਈਚਾਰਾ ਤੇ ਇਹ ਕਿਸਾਨਾਂ ਦੀ ਸਟੇਜ ਦੇ ਉੱਤੇ ਇਹ ਪਹੁੰਚ ਗਿਆ। ਦੂਸਰਾ ਪੱਖ ਆ ਵੀ ਵੇਖੋ ਜਿਹੜੀ ਭਾਜਪਾ ਸਰਕਾਰ ਆ ਇਹਦੀ ਨੀਤੀ ਪਾਲਿਸੀ ਲਗਭਗ ਇਹੋ ਜਿਹੀ ਰਹੀ ਆ ਵੀ ਇਹ ਵੱਖ ਵੱਖ ਧਰਮਾਂ ਨੂੰ ਵੱਖ ਵੱਖ ਫਿਰਕਿਆਂ ਨੂੰ ਲੜਾ ਕੇ ਰਾਜ ਕਰਨਾ ਚਾਹੁੰਦੀ ਆ ਤੇ ਇਹਨੂੰ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਸਮਝ ਗਿਆ ਵੀ ਇਸ ਅੰਦੋਲਨ ਦੇ ਵਿੱਚ ਆ ਕੇ ਅਸੀਂ ਜਿਹੜਾ ਭਾਈਚਾਰਾ ਉਹ ਪੱਕਾ ਕਰਾਂਗੇ, ਮਜ਼ਬੂਤ ਕਰਾਂਗੇ, ਹਿੰਦੂ ਸਿੱਖ ਏਕਤਾ ਦੀ ਵਧਾਵਾਂਗੇ, ਹਿੰਦੂ ਸਿੱਖ ਮੁਸਲਮਾਨ ਈਸਾਈ ਭਾਈਚਾਰਾ ਸਾਰਾ ਇਕੱਠਾ ਵਾ। ਇਸ ਅੰਦੋਲਨ ਨੂੰ ਇਹ ਗੁੱਜਰ ਭਾਈਚਾਰਾ ਜਿਹੜਾ ਸੰਕੇਤ ਦੇ ਰਿਹਾ ਵੀ ਅਸੀਂ ਜੋ ਸਰਕਾਰ ਦੀ ਨੀਤੀ ਤੇ ਜੋ ਪਾਲਿਸੀ ਆ ਉਹਨੂੰ ਕੰਡੈਮ ਕਰਾਂਗੇ, ਉਹਨੂੰ ਪਿਛਲੇ ਪੈਰੀ ਜੜਾ ਮੁੜਾਂਗੇ। ਹੁਣ ਹੁਸ਼ਿਆਰਪੁਰ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਥੇਬੰਦੀ ਦੇ ਝੰਡੇ ਦੇ ਥੱਲੇ ਭਾਈਚਾਰਾ ਆ ਰਿਹਾ ਵਾ, ਕਿਉਂਕਿ ਜਦੋਂ ਦੇ ਖੇਤੀ ਕਾਨੂੰਨ ਲਾਗੂ ਹੋਏ ਆ ਉਦੋਂ ਤੋਂ ਇਹਨਾਂ ਦੇ ਅੰਦਰ ਵੀ ਗੱਲ ਜਿਹੜੀ ਆ ਸਮਝ ਪੈ ਗਈ ਵੀ ਸਾਡੇ ਕਾਰੋਬਾਰ ਦੁੱਧ ਦੇ ਜਿਹੜੇ ਕਾਰੋਬਾਰ ਆ ਉਹ ਸਾਰੇ ਦੇ ਸਾਰੇ ਠੱਪ ਹੋ ਜਾਣੇ ਆ। ਇਹ ਲਗਾਤਾਰ ਪਿਛਲਿਆਂ ਮੋਰਚਿਆਂ 'ਚ ਵੀ ਸਾਡੇ ਨਾਲ ਰਹੇ ਆ ਤੇ ਹੁਣ ਵੀ ਰਹੇ ਆ। ਅਸੀਂ ਕਹਿਣ ਦੇਣਾ ਚਾਹੁੰਦੇ ਹਾਂ ਮੋਦੀ ਸਰਕਾਰ ਨੂੰ ਵੀ ਜਿਹੜਾ ਪੱਤਾ ਤੁਸੀਂ ਖੇਡਦੇ ਜੀ ਵੀ ਇਹ ਲੋਕ ਖਾਲਿਸਤਾਨੀ ਬੈਠੇ ਆ, ਜਾਂ ਪੱਤਾ ਇਹ ਖੋਲਦੇ ਮੁਹਾਲੀ ਬੈਠੇ ਆ, ਇਹ ਟੁਕੜੇ ਟੁਕੜੇ ਗਾਏ ਬੈਠੇ ਆ, ਇਹ ਅਰਬਨ ਨਕਸਲ ਵਾਲੇ ਆ, ਉਹਦੇ ਵਾਸਤੇ ਹਰ ਹਰਬਾ ਤੁਸੀਂ ਵਰਤ ਲਿਆ, ਉਹਦੇ ਬਾਵਜੂਦ ਵੀ ਹਿੰਦੁਸਤਾਨ ਦੇ ਵੱਖ ਵੱਖ ਧਰਮ ਤੇ ਵੱਖ ਵੱਖ ਜਾਤੀਆਂ ਜਿਹੜੀਆਂ ਉਹ ਇਕੱਠੀਆਂ ਹੋ ਰਹੀਆਂ ਇਸ ਅੰਦੋਲਨ ਦੇ ਵਿੱਚ ਤੇ ਇਸ ਅੰਦੋਲਨ ਨੂੰ ਮਜ਼ਬੂਤ ਕਰਨ ਵਾਸਤੇ, ਸਿਰੇ ਲਾਉਣ ਵਾਸਤੇ ਸਾਰੇ ਧਰਮਾਂ ਦੇ ਲੋਕ, ਸਾਰੇ ਜਾਤੀਆਂ ਦੇ ਲੋਕ ਜਿਹੜੇ ਆ ਇਹ ਇਕੱਠੇ ਹੋ ਰਹੇ ਆ ਤੇ ਅੰਦੋਲਨ ਆਉਣ ਵਾਲੇ ਦਿਨਾਂ 'ਚ 26 ਤਰੀਕ ਨੂੰ ਇਸ ਦਿੱਲੀ ਦੇ ਬਾਰਡਰਾਂ ਦੇ ਉੱਤੇ ਇਸ ਸਟੇਜ ਦੇ ਉੱਤੇ ਵੀ ਬਹੁਤ ਵੱਡਾ ਇਕੱਠ ਜਿਹੜਾ ਵਾ, ਕਿਉਂਕਿ ਪਿੱਛੋਂ ਕਾਫਲੇ ਜਿਹੜੇ ਆਉਣ ਵਾਲੇ 24 ਤਰੀਕ ਨੂੰ ਅੰਮ੍ਰਿਤਸਰ ਦੀ ਧਰਤੀ ਤੋਂ ਤੁਰ ਪੈਣੇ ਆ। ਗੁਰਦਾਸਪੁਰ ਦੀ ਧਰਤੀ ਦੇ ਧਰਤੀ ਦੇ ਲੋਕ ਇੱਥੇ ਬੈਠੇ ਆ, ਹੁਸ਼ਿਆਰਪੁਰ ਦੀ ਧਰਤੀ ਦੇ ਲੋਕ ਬੈਠੇ ਆ ਤੇ 24 ਤਰੀਕ ਨੂੰ ਆਪਣਾ ਅੰਮ੍ਰਿਤਸਰ ਤੋਂ ਵੱਡੇ ਕਾਫਲੇ ਜਿਹੜੇ ਇੱਥੇ ਆਉਣੇ ਆ। 26 ਤਰੀਕ ਨੂੰ ਜਦੋਂ ਸਾਲ ਗਰਾ ਇਸ ਅੰਦੋਲਨ ਦੀ ਮਨਾਉਣੀ ਆ ਤੇ ਬਹੁਤ ਵੱਡੇ ਇਕੱਠ ਸਾਰੇ ਧਰਮਾਂ ਦੇ ਲੋਕ ਇਸ ਪੰਡਾਲ ਦੇ ਵਿੱਚ ਇਕੱਠੇ ਹੋਣਗੇ। ਜਿਹੜੇ ਅਗਲੇ ਐਕਸ਼ਨ ਆ ਉਹ ਪਾਰਲੀਮੈਂਟ ਨੂੰ ਜਾਣ ਦੀ ਗੱਲ ਆ, ਉਹਦੇ ਵਿੱਚ ਵੀ ਵੱਡਾ ਜਿਹੜਾ ਇਹ ਯੋਗਦਾਨ ਦੇਣਗੇ। ਇਸ ਕਰਕੇ ਅਸੀਂ ਇਹ ਦੇਸ਼ ਦੇ ਹਿੰਦੂ ਭਾਈਚਾਰੇ ਨੂੰ, ਦੇਸ਼ ਦੇ ਈਸਾਈ ਭਾਈਚਾਰੇ ਨੂੰ, ਸਿੱਖ ਭਾਈਚਾਰੇ ਨੂੰ ਜਾਂ ਮੁਸਲਮਾਨ ਭਾਈਚਾਰਾ ਬਾਹਰ ਬੈਠਾ ਉਹਨਾਂ ਨੂੰ ਅਪੀਲ ਕਰਦੇ ਹਾਂ ਵੀ ਅੰਦੋਲਨ ਸਾਰੇ ਲੋਕਾਂ ਦਾ ਤੇ ਵੀਰਾਂ ਕੱਤ ਕੇ ਇਸ ਅੰਦੋਲਨ ਦੇ ਵਿੱਚ ਪਹੁੰਚੀਏ ਤੇ ਜਿਹੜੀ ਮੋਦੀ ਸਰਕਾਰ ਦੀ ਚਾਲ ਆ ਉਹਨੂੰ ਸਫਲ ਕਰੀਏ, ਇਹ ਲੜਾਈ ਲੜ ਕੇ ਇਸ ਜੰਗ ਨੂੰ ਜਿਹੜਾ ਜਿੱਤੀਏ। ਇਹ ਜੰਗ ਜਿਹੜੀ ਆ ਉਹ ਹਰ ਹਾਲਤ ਦੇ ਵਿੱਚ ਜਿੱਤੀ ਜਾਣੀ ਹੈ। ਜੁੰਮਾ ਭਾਜੀ ਹਾਂ ਜੁੰਮਾ ਜੀ ਹਾਂਜੀ, ਜੋ ਚਟਾਲਾ ਸਾਹਿਬ ਨੇ ਗੱਲਬਾਤ ਦੱਸੀ ਹੈ ਬਹੁਤ ਵਧੀਆ ਹੈ। ਅਸੀਂ ਸਾਰੇ ਪੱਖ ਦੇਖ ਲਏ, ਰਾਜਨੀਤੀਆਂ ਵੀ ਦੇਖ ਲਈਆਂ, ਲੀਡਰਾਂ ਮਗਰ ਵੀ ਘੁੰਮ ਕੇ ਦੇਖ ਲਏ
ਤੇ ਸਾਨੂੰ ਜਿਹੜੀ ਆ ਕਮੇਟੀ ਸਾਡੀ ਬਣੀ ਆ ਔਰ ਇਹਦੇ ਵਿੱਚ ਸਾਡੇ ਕੰਮ ਵੀ ਹੋ ਰਹੇ ਆ ਔਰ ਸਾਨੂੰ ਪੱਕਾ ਯਕੀਨ ਹੈ ਇਹਨਾਂ ਤੇ ਕਿ ਸਾਡੇ ਨਾਲ ਪੂਰੇ ਨਿਤਰੂਗੇ ਹੋਰ ਅਸੀਂ ਵੀ ਇਹਨਾਂ ਦੇ ਨਾਲ ਜ਼ਰੂਰ ਸਾਥ ਦੇਵਾਂਗੇ ਧੰਨਵਾਦ ਹਾਂਜੀ ਸ਼ੇਰ ਅਲੀ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਆਪਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮਤਲਬ ਵੀ ਨਾਲ ਅਸੀਂ ਸਾਥ ਦਿੰਦੇ ਹਾਂ ਜ਼ਿਮੀਂਦਾਰਾਂ ਦੇ ਕਿ ਸਾਡਾ ਇਸ ਤਰ੍ਹਾਂ ਮਤਲਬ ਕੋਈ ਵੀ ਜਿਹੜਾ ਹੈ ਕਿ ਬੰਦਾ ਪਿੱਛੇ ਨਾ ਰਹੇ ਵੱਧ ਤੋਂ ਵੱਧ ਦੁਨੀਆ ਇਸ ਆਪਣੇ ਕਮੇਟੀ ਨੂੰ ਸਾਥ ਦੇਣ ਜ਼ਿਮੀਂਦਾਰਾਂ ਨਾਲ ਸਾਥ ਦੇਣ ਕਿ ਤਾਂ ਜੇ ਅਸੀਂ ਇਸ ਕਾਲੇ ਕਾਨੂੰਨਾਂ ਤੋਂ ਮਤਲਬ ਜਿੱਤੇ ਜਾਣ ਆਪਣਾ ਵੱਧ ਤੋਂ ਵੱਧ ਜਥਾ ਹੋਵੇ ਕਿ ਸਾਡਾ ਇਸ ਜ਼ਿਮੀਂਦਾਰਾਂ ਦਾ ਅੱਕ ਜਾਂ ਮਤਲਬ ਕਿਸੇ ਵੀ ਕੌਮ ਦਾ ਇਹ ਨਾ ਭੁਲੇਖੇ ਵਿੱਚ ਰਹਿਣ ਕਿ ਜੋ ਮੋਦੀ ਨੇ ਕਾਲੇ ਕਾਨੂੰਨ ਕੱਢੇ ਹੋਏ ਇਹਦੇ ਨਾਲ ਸਾਡਾ ਦੁਨੀਆ ਦਾ ਕੋਈ ਮਤਲਬ ਕਿ ਚਾਰਾ ਹੈ ਨਹੀਂ ਕਿ ਅਸੀਂ ਲੜਾਈ ਤਕੜੇ ਹੋ ਗਏ ਇਕੱਠੇ ਹੋ ਕੇ ਲੜਾਂਗੇ ਤਾਂ ਸਾਡਾ ਕੁਛ ਮਸਲਾ ਹੱਲ ਹੋਊਗਾ ਹੋਰ ਅਸੀਂ ਜਿੱਤ ਕੇ ਵੀ ਰਾਵਾਂਗੇ ਨਾਰਾ ਬੁਲਾ ਦੇਈਏ ਬਿਲਕੁਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੋਦੀ ਸਰਕਾਰ ਮੁਰਦਾਬਾਦ ਬਹੁਤ ਵਧੀਆ ਨਾਰੇ ਤਕਬੀਰ ਅੱਲਾਹ ਅਕਬਰ ਠੀਕ ਆ।